ਮਿਲ ਗਏ ਬਾਈ ਆਹ ਤਾਂ ਜੋੜੇ ਓਕੇ ਰਿਪੋਰਟਾਂ ਨੇ ਤੇ ਕੀ ਕਹਿਣਾ ਨਹੀਂ ਨਹੀਂ ਹਾਲੇ ਦੋ ਚਾਰ ਦਿਨ ਰੱਖ ਮੈਂ ਕਹਿੰਦਾ ਇਹ ਜੇ ਟੋਕਰੀਆਂ ਰੱਖ ਦਈਏ ਕਿ ਅੰਦਰੇ ਘਣਾਉਣੇ ਆ ਬੱਚੇ ਹਲੇ ਹੋਰ ਜੋੜੇ ਲੈ ਲਈਏ ਦੋ ਤਿੰਨ ਚੱਲ ਫਿਰ ਆਹ ਜੋੜੇ ਤਾਂ ਹੁਣ ਲੱਗ ਗਏ ਆਹ ਵੀ ਲੱਗ ਗਏ ਜੋੜੇ ਤਾਂ ਦੇਖ ਉਹ ਦੇਖੋ ਵੀ ਤਕਰੀਬਨ ਲੱਗੇ ਗਏ ਜੋੜੇ ਤੇ ਜੱਸੇ ਉਹਨਾਂ ਨੂੰ ਟਰੇ 'ਚ ਦਾਣੇ ਪਾ ਕੇ ਉਹਨਾਂ ਨੂੰ ਬਸ 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 ਥੋੜ੍ਹੀ ਸਰੋਂ ਪਾ ਦੇ ਦਾਣੇ ਪਹਿਲਾਂ ਉਹਨਾਂ ਦਾ ਕੰਮ ਨਿਬੇੜ ਫਿਰ ਇਹਨਾਂ ਦਾ ਨਿਬੇੜਦੇ ਹਾਂ ਆ ਜੋੜਿਆਂ ਨੂੰ ਕਰਦੇ ਬੰਦ ਇਹ ਤਾਂ ਕੱਦੇ ਖੁੱਲ੍ਹੇ ਫਿਰਦੇ ਨੇ ਅਤੇ ਢਾਂਗੀ 'ਤੇ ਬੈਠੇ ਨੇ ਬੱਚੇ ਉਹ ਦੇਖੋ ਓਕੇ ਰਿਪੋਰਟਾਂ ਨੇ ਚੱਲਦੇ ਆ ਕੋਈ ਨਹੀਂ ਕੋਠੇ ਤੈਨੂੰ ਹਾਂਜੀ ਸਰਦਾਰ ਜੀ ਰਿਸ਼ਤਾ ਆਇਆ ਕੋਈ ਕਿ ਨਹੀਂ ਹਲੇ ਆਇਆ ਨਹੀਂ ਹੈ ਕਿਆ ਛੇ ਥੈਲੇ ਬਾਅਦ ਠੀਕ ਆ ਚੱਲ ਉਧਰਲੀ ਮੋਟਰ ਤਾਂ ਨਿਬੜ ਗਿਆ ਕਿਆਰੇ ਭਰ ਕੇ ਕਿਹੜਾ ਕਿਆਰਾ ਰਹਿ ਗਿਆ ਸੁਬਹ ਭਰ ਜੂ ਠੀਕ ਆ ਠੀਕ ਚਲੋ ਉਧਰਲਿਆਂ ਨੂੰ ਦਾਣਾ ਪਾਣੀ ਧਰਤਾ ਬਾਈ ਹੁਣ ਇੱਧਰਲਿਆਂ ਧਰੀਏ ਪਹਿਲਾਂ ਜੋੜੇ ਨਹੀਂ ਬੰਦ ਉਹਦੇ ਦਿੱਤੇ ਹੈ ਇੱਕ ਕੱਟ ਵੀ ਨਹੀਂ ਕਰਿਆ ਹੈ ਚਾਪ ਬਾਅਦ ਚੋਂ ਅੰਦਰ ਕੱਟ ਕਰ ਦੇਣਾ ਆਪਾਂ ਨੇ ਨਹੀਂ ਤਾਂ ਫਿਰ ਬਾਹਰ ਕੱਢਣ ਜੋਗੀ ਨਹੀਂ ਆਪਾਂ ਇਹਨਾਂ ਨੂੰ ਆਉਣਾ 'ਚ ਤਾਂ ਨਹੀਂ ਕੋਈ ਉੜਨੇ ਵਾਲਾ ਹੁਣ ਰਹਿਣ ਦੇ ਫਿਰ ਉਹਨੂੰ ਇੱਧਰ ਤਾਂ ਨਹੀਂ ਬੱਚਾ ਬੁੱਚਾ ਕੱਢਿਆ ਗਏ ਨੇ ਉਹ ਟੋਕਰੀ ਰੱਖ ਦਿੱਤੀ ਉਹ 'ਚ ਇਹਦਾ ਡੱਬਾ ਹੀ ਹੈ ਸਰ ਨੀਲਾ ਇੱਕ ਸੱਚ ਹੈ ਨਾ ਤਾਂ ਬਾਜੀ ਕਾਇਮ ਹੋ ਗਏ ਪੂਰੇ ਚਲੋ ਬਈ ਡੱਬੇ ਨੂੰ ਬਾਅਦ 'ਚ ਉੱਪਰ ਲੈ ਜਾਂਗੇ ਹੈ ਨਾ ਚੱਲ ਉੱਪਰ ਦੇਖਦੇ ਹਾਂ ਫਿਰ ਜਾ ਕੇ ਆ ਜੱਸੇ ਦੇ ਕੰਮ ਦੇਖ ਲਓ ਬਈ ਆਹ ਦੇਖੋ ਇੱਕ ਡੋਲੀ ਇੱਕ 'ਚ ਤਿੰਨ ਕਰਤੇ ਕਬੂਤਰ ਇੱਕ 'ਚ ਇੱਕ ਸਾਲਾ ਫੁੱਦੂ ਜੇ ਨਾ ਦੇਖਦੇ ਆਹ ਜੋੜੇ ਮਿਲ ਗਏ ਬਾਈ ਆਹ ਦੇਖੋ ਪਹਿਲਾ ਜੋੜਾ ਕਰੋ ਸ਼ੌਂਕ ਜੋੜਿਆਂ ਦਾ ਠੀਕ ਆ ਚਿੱਟੀਆਂ ਅੱਖਾਂ ਦਾ ਚਾਪ ਚਿੱਟੀਆਂ ਅੱਖਾਂ ਦੀ ਕਬੂਤਰੀ ਆਹ ਜੋੜਾ ਦੇਖ ਲਓ ਚਿੱਟੀਆਂ ਅੱਖਾਂ ਦੀ ਕਬੂਤਰੀ ਤੇ ਸ਼ਾਹ ਅੱਖਾਂ ਕਬੂਤਰ ਤੇ ਹਰੀਆਂ ਅੱਖਾਂ ਦਾ ਕਬੂਤਰ ਤੇ ਜਰਦੀ ਬੈੜੀ ਕਬੂਤਰੀ ਕੇਅਰ ਬੋਟ ਇਹ ਜੋੜੇ ਲੱਗ ਗਏ ਪਰ ਇੱਕ ਦੋ ਦਿਨ ਰੱਖਾਂਗੇ ਇੱਕਣੇ ਆਪਾਂ ਇਹਨਾਂ ਨੂੰ ਚਲੋ ਵੀ ਘਰ ਬੰਦ ਇਹਨੂੰ ਪਾਣੀ ਬਦਲ ਦੇ ਹਾਲੇ ਕਿਆ ਉਹ ਉੜ ਗਏ ਬਾਈ ਬੱਚੇ ਆਪਣੇ ਨੀਲਾ ਆ ਫਿਰਦਾ ਤੇ ਆਹ ਹਰੀਆਂ ਕੱਛਾਂ ਵਾਲਾ ਟੈਡੀ ਵੀ ਦਿਖਾਉਣਾ ਤੁਹਾਨੂੰ ਟੈਡੀ ਆਹ ਆਉਂਦਾ ਤੇ ਹਰੀ ਕਾਲੀ ਕੱਛ ਹਰੀ ਡੋਰੀ ਵਾਲਾ ਆ ਆਉਂਦਾ ਚਾਰ ਵਜੇ ਉੜ ਗਏ ਤੇ ਦੋ ਢਾਂਗੀ 'ਤੇ ਬੈਠੇ ਨੇ ਹਲੇ ਛੇ ਵਜੇ ਕੱਢੇ ਹੋਏ ਤੇ ਬਾਹਰ ਚਲੋ ਕੋਈ ਚੱਕਰ ਨਹੀਂ ਠੰਡਾ ਹੀ ਮੌਸਮ ਹੁਣ ਤਾਂ ਸ਼ਾਮ ਹੋ ਗਈ ਤੇ ਆ ਇਹਨੇ ਕਾਹਦੇ ਰੌਲਾ ਪਾਇਆ ਹੋਇਆ ਭਾਊ ਹੈ ਸਾਲਿਆ ਪੁੱਠੀਆਂ ਕੇ ਜਾ ਲਈਆਂ ਤੈਂ ਉਹ ਚੜ ਗਏ ਉੱਪਰ ਬਾਈ ਉਹ ਦੇਖ ਚਲੇ ਗਏ ਉਂਚੇ ਨੀਲਾ ਉਹ ਫਿਰਦਾ ਟੈਡੀ ਆ ਉਹ ਫਿਰਦਾ ਉੜਨ ਦੇ ਪਰੇ ਇੱਧਰ ਵੀ ਕੱਢਤਾ ਖੱਡਾ ਹੈ
ਇੰਨਾ ਕੁ ਕੌੜਾ ਹੋ ਗਿਆ ਬਾਈ। ਠੀਕ ਆ, ਓਕੇ ਰਿਪੋਰਟ। ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ, ਕਿਵੇਂ ਕਿਵੇਂ ਹੋ ਸਾਰੇ, ਜਾਨਵਰ ਸੈੱਟ ਸਾਰਿਆਂ ਦੇ? ਆ ਗਏ ਬਾਈ ਮੋਟਰ 'ਤੇ, ਕੌੜੇ ਲੱਗੇ ਹੋਏ ਕਰਨ। ਮਹਾਰਾਜ ਜੀ ਪਹੁੰਚ ਗਏ, ਆਹ ਉੱਡਦੇ ਨੇ ਬਾਈ ਕਬੂਤਰ, ਖਾਸ ਹੀ ਉੱਡ ਰਹੇ ਆ ਹੁਣ ਤਾਂ ਆਪਣੇ ਵਾਲੇ। ਆਹ ਫਿਰਦੇ ਨੀਲਾ, ਆਹ ਫਿਰਦਾ ਟੈਡੀ, ਫਿਰਦਾ ਕੱਛ ਟੋਰੀ ਵਾਲਾ, ਆਹ ਲਾਲ ਕੱਛ ਵਾਲਾ ਚਾਪ ਨੀਲੇ ਨਾਲ। ਹੁਣ ਆਹ ਦੇਖੋ ਉੱਡ ਰਹੇ ਨੇ, ਟਾਂਗੀ ਲੱਗੀ ਹੋਈ ਆ, ਅਤੇ ਉੱਧਰ ਲੱਗੇ ਆ ਤਾਰੂ ਵੀਰੋ ਨਹੀਂ। ਹੁਣ ਸਾਡੀ ਸਲਾਹ ਇਹ ਵੀ ਘੋੜੀਆਂ ਦੋਏ ਐਂ ਹਰਾ ਨਹੀਂ ਇੱਥੇ ਬੀਜਣਾ, ਹੁਣ ਐਤਕੀ ਚੱਕ ਦਾਂਗੇ, ਐਂ ਨਾਲ ਜਗ੍ਹਾ ਬਣਾ ਦੇਣੀ ਭੱਜਣ ਭੁੱਜਣ ਨੂੰ ਉਹਨਾਂ ਨੂੰ, ਅਤੇ ਇੱਥੇ ਮੁਰਗੀਆਂ ਨੂੰ ਬਣਾਵਾਂਗੇ ਜਾਂ ਕਬੂਤਰਾਂ ਨੂੰ, ਮਾੜੇ ਮੁੰਡੇ ਨੂੰ ਸ਼ੌਂਕੀ ਜਿਹਾ ਕਬੂਤਰ ਰੱਖਣ ਨੂੰ। ਬਾਕੀ ਦੱਸਿਓ, ਦਿਓ ਸਲਾਹ ਵੀ ਕਰੀਏ ਸਿਸਟਮ ਉਰੇ ਮੋਟਰ 'ਤੇ ਕਿ ਨਾ, ਕਿਉਂਕਿ ਉਰੇ ਮੋਟਰ 'ਤੇ ਬੈਠਣ ਨੂੰ ਛਾਵਾਂ ਛੂਵਾਂ ਬਹੁਤ ਆ ਯਾਰ। ਆਹ ਦੇਖੋ ਆਹ ਛਾਵਾਂ ਹੈ ਇੱਧਰ, ਆਹ ਦੇਖੋ ਬੈਠਣ ਨੂੰ ਵਧੀਆ ਉਰੇ। ਅਤੇ ਚਲੋ ਕਬੂਤਰ ਉੱਡ ਰਹੇ ਨੇ, ਆਹ ਕੱਛ ਡੂਸੇ ਵਾਲਾ ਜਾਂਦਾ, ਕਬੂਤਰ ਸਾਰੇ ਹੀ ਫਿਰ ਰਹੇ ਨੇ, 6 ਵਜੇ ਡਾਏ ਅਤੇ 6 ਉਹ ਫਿਰ ਰਹੇ ਨੇ, 5 ਆਹ ਨੇ, ਕੱਛ ਡੂਸੇ ਵਾਲਾ ਉਹ ਹੈ। ਚਲੋ ਕੋਈ ਚੱਕਰ ਨਹੀਂ, ਫਿਰ ਹੁਣ ਉੱਪਰ ਨੂੰ ਜਾਵਾਂਗੇ ਜਦ ਮਿਲਾਂਗੇ। ਹੁਣ ਆਪਾਂ ਪਹੁੰਚ ਗਏ ਬਈ ਘਰ, ਪਹਿਲਾਂ ਕਬੂਤਰ ਦੇਖਦੇ ਹਾਂ ਉੱਡਦੇ ਹਾਂ ਕਿ ਨਹੀਂ ਬਚੇ। ਹਾਂ ਆਹ ਫਿਰਦੇ ਨੇ ਟੈਡੀ, ਆਹ ਫਿਰਦਾ, ਅਤੇ ਆਹ ਤਾਂ ਕਿਸੇ ਹੋਰ ਦੇ ਨੇ ਦੋ, ਆਪਣਾ ਕੱਛ ਟੋਰੀ ਵਾਲਾ ਆਹ ਉੱਡਦਾ, ਆਹ ਵਿਚਾਲੇ ਉੱਡਦੇ ਨੇ ਸਾਰੇ ਹੀ, ਅਤੇ ਹੋਰ ਕੱਢੀਏ ਨਵੇਂ ਜਾ ਕੇ ਉੱਪਰੋਂ, ਹੈ ਨਾ, ਚੱਲੀਏ ਸ਼ੇਖ ਬੀਲਾ। ਜੱਸੇ ਦਾ ਬਈ ਬਲੌਗ ਦੇਖ ਲਿਓ, ਜੱਸੇ ਦੇ ਚੈਨਲ 'ਤੇ ਆ ਗਿਆ, ਨਲਾਇਕ ਯੂਟਿਊਬਰ ਜੱਸਾ, ਉਹਦਾ ਨਾਮ ਚੇਂਜ ਕਰ ਦੇਣਾ ਆਪਾਂ ਨੇ, ਠੀਕ ਹੈ। ਹਾਂ ਅਤੇ ਚਲੋ ਸ਼ੇਖ ਬੀਲਾ, ਐਂ ਠੀਕ ਹੈ, ਚੱਲਦੇ ਹਾਂ ਉੱਪਰ ਨੂੰ। ਹੁਣ ਕੋਠੇ 'ਤੇ ਪਹੁੰਚ ਗਏ ਮਿੱਤਰੋ, ਜੱਸਾ ਕਬੂਤਰ ਫੜ ਰਿਹਾ, ਡਾਉਨੇ ਆ ਵੱਧ ਤੋਂ ਵੱਧ ਜਿੰਨੇ ਉੱਡ ਸਕੇ। ਆਹ ਦੇਖ ਲਓ ਚਾਪ, ਆਹ ਫਿਰਦਾ ਗੁਲਾਬੀ ਕੱਛ ਦਾ, ਆਹ ਹਰੀਆਂ ਕੱਛਾਂ ਫਿਰਦਾ, ਕੱਛ ਡੂਸਾ ਫਿਰਦਾ, ਟੈਡੀ ਫਿਰਦਾ, ਕੱਛ ਟੋਰੀ ਫਿਰਦਾ, ਨੀਲਾ ਫਿਰਦਾ, ਆ ਗਿਆ ਨੀਲਾ। ਅਤੇ ਹੁਣ ਕੱਢਿਆ ਛੋਟੇ ਬੱਚੇ, ਡੰਡੇ ਟੋਰੀ ਵਾਲਾ ਅਤੇ ਬੋਤਲ ਵਾਲਾ। ਚਲੋ ਬਈ 6 ਤੋਂ 8 ਹੋ ਗਏ, ਕੱਢੀ ਚੱਲ ਹੋਰ ਜੱਸੇ। ਚਲੋ 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 ਚੜ ਗਏ ਬਈ, ਆਹ ਬਚੇ ਵੀ ਦੋਏ, ਬਲਰ ਹੋ ਜਾਂਦਾ ਕਿ ਤਾਂ ਹੋ ਗਏ ਦੋਏ। ਅਤੇ ਹੁਣ ਡਾਉਣ ਲੱਗਿਆ ਕਾਲੀ ਝਾਲਰ ਅਤੇ ਕਾਲੀ ਕੱਛ ਵਾਲਾ ਸੁਰਖਾ ਬਚਾ। ਚੱਲ ਬਈ ਉੱਚੇ ਮਾਰੀ, ਚਲੋ ਦੋ ਹੋਰ, 10 ਹੋ ਗਏ, ਹੋਰ ਕਿਹੜੇ ਫੜਨੇ ਆ ਹੁਣ, 4 ਬਾਅਦ 'ਚ ਡਾਉਣੇ ਆ, 14 ਅਤੇ ਹੁਣ ਪਹਿਲਾਂ ਵਾਲੇ ਦੇਖ ਕਿਹੜੇ ਡਾਉਣੇ ਆ। 3 ਹੋਰ ਕੱਢ ਲਏ ਬਈ, ਇੱਕ ਤਾਂ ਜਿਹੜਾ ਮੋਹਰ ਲੱਗੀ ਵਾਲਾ ਤਾਂ ਡਾ ਦੇ ਬਈ, ਇੱਕ ਗੁਲਾਬੀ ਝਾਲਰ ਵਾਲਾ ਚੱਕ ਦੇ, ਇੱਕ ਕਾਲੀਆਂ ਲੈਣ ਵਾਲਾ ਬਚਾ ਚੱਕ ਦੇ, 13 ਹੋ ਗਏ। ਇਹਨਾਂ ਨੂੰ ਇਹਨੇ ਉੱਚੇ ਜਾਣ ਦੇ, 4 ਬਾਅਦ 'ਚ ਹੋਰ ਕੱਢਦੇ ਆ, 17-18 ਕਬੂਤਰ ਡਾ ਦੇਣੇ। ਦੇਖੋ ਕਿਵੇਂ ਕਬੂਤਰੇ ਕਬੂਤਰ ਹੋ ਗਿਆ, 4 ਆ ਆਉਂਦੇ ਨੇ, 5ਵਾਂ ਉਹ ਹੈ, 2 ਆਹ ਫਿਰਦੇ ਨੇ, ਦੇਖੋ ਤਾਂ ਫਿਰ ਫਿਰਦੇ ਨੇ, 2 ਆਹ ਫਿਰਦੇ ਨੇ, 3 ਆਹ ਆ ਗਏ। ਲੈ ਓਕੇ ਰਿਪੋਰਟ, ਆਹ ਚੜ੍ਹ ਗਿਆ ਸੁਰਖਾ ਬਚਾ ਕਾਲੀ ਕੱਛ ਵਾਲਾ, ਹੁਣ ਬਹਿਨੇ ਆ 2 ਘੜੀ ਨਜ਼ਾਰਾ ਲੈਂਦੇ ਹਾਂ। ਉਹ ਹੋਰ ਲੱਗੇ ਆ ਵੀ ਕੱਢਣ, ਚੱਕ ਦੇ ਕੱਛ ਡੂਸੇ ਵਾਲਾ ਅਤੇ ਆਪਣਾ ਸਫੇਅਰ। ਚਲੋ ਵੀ ਚਲੋ 16-17 ਹੋ ਗਏ ਹੈ ਨਾ,
ਲੈ ਕਬੂਤਰ ਕਬੂਤਰ ਹੋਇਆ ਪਿਆ। ਚੱਲ ਚੱਲ ਚੱਲ, ਬਹੁਤ ਦਿਨ ਮਗਰੋਂ ਕੱਢਿਆ, ਡੰਡਾ ਚੱਕ ਲਾ ਹੁਣ ਇਹਦੇ ਉੱਪਰ। ਉਹ ਖੜ ਗਏ ਉੱਪਰ, ਚਾਰ ਪੰਜ, ਦੋ ਆਹ ਫਿਰਦੇ ਆ, ਦੋ ਆਹ ਫਿਰਦੇ ਆ, ਇੱਕ ਆਹ ਫਿਰਦਾ, ਪੰਜ ਛੇ ਆਹ ਫਿਰਦੇ ਨੇ, ਉਹ ਫਿਰਦਾ। ਲੈ ਦੇਖੋ ਤਾਂ ਫਿਰ ਕਬੂਤਰ ਕਬੂਤਰ ਹੋਇਆ ਪਿਆ। ਚਲੋ ਚਲੋ ਚਲੋ, ਲਓ ਵੀ ਮੈਂ ਕਹਿੰਦਾ ਥੋੜ੍ਹਾ ਜਿਹਾ ਸਵਾਦ ਦੇ ਦਈਏ। ਦੇਖੋ ਫਿਰ ਕਿਵੇਂ ਫਿਰਦੇ ਨੇ। ਓਕੇ ਰਿਪੋਰਟਾਂ, ਫਿਰਦੇ ਨੇ ਸਾਰੇ ਇਕੱਠੇ, ਕੁਛ ਆਹ ਫਿਰਦੇ ਨੇ, ਇਹ ਤਾਂ ਆਊਟਸਾਈਡ ਵੀ ਫਿਰਦੇ ਨੇ ਕਈ। ਆਹ ਟੈਡੀ ਸਾਲਾ ਕਿੱਧਰੋਂ ਆਉਂਦਾ, ਦੇਖ ਸਾਡਾ ਬਲਰ ਹੋ ਗਿਆ। ਆਹ ਦੇਖੋ ਬਾਕੀ ਆਹ ਫਿਰਦੇ ਨੇ ਸਾਰੇ। ਓਕੇ ਰਿਪੋਰਟਾਂ, ਹਲੇ ਚਾਰ ਪੰਜ ਹੋਰ ਕੱਢਣੇ ਨੇ, ਪਰ ਉਹ ਕੱਢਣੇ ਨੇ ਲੰਡਰ ਸਿਰੇ ਦੇ, ਹੈ ਨਾ ਜਸ। ਹਨੇਰੀ ਪੱਟਤੀ ਉਹ ਹਨੇਰੀ। ਚਲੋ ਚਲੋ ਚਲੋ, ਹੋ ਜਾਓ ਕਾਇਮ। ਅਤੇ ਮੇਰੇ ਵੀਰ ਕਹਿੰਦੇ ਵੀ ਸਾਨੂੰ ਕਬੂਤਰ ਦੇ ਦਿਓ ਵੀਰੇ, ਬੱਚੇ ਲੈ ਜਿਓ, ਆਪਾਂ ਅੱਧ ਵਾਲੇ ਨਿਕਲ ਜਾਣੇ। ਜਿਹਨੇ ਲੈ ਕੇ ਜਾਣਾ ਹੋਇਆ ਮੈਨੂੰ ਮੈਸੇਜ ਕਰ ਦਿਓ, ਲੈ ਜਿਓ, ਜਿਹਨੇ ਲਿਜਾਣੇ ਆ ਕੋਈ ਚੱਕਰ ਨਹੀਂ, ਇੱਥੇ ਕਿਹੜਾ ਆਪਾਂ ਹਾਂ ਬਹੁਤ ਬਾਜ਼ੀਆਂ ਜਿੱਤਦੇ ਹਾਂ। ਲੈ ਜਿਓ ਜਿਹੜੇ ਲਿਜਾਣੇ ਆਪਣੇ ਦੇਖ ਕੇ। 15-16 ਹੋ ਗਏ ਤੇ, ਚੱਲ ਵੀ ਡਾ ਇਹਨੂੰ ਵੀ, ਚੱਕ ਇੱਕ ਹੋਰ, ਚੱਕ ਦੂਆ, ਚੱਕ ਤੀਆ, ਇਹ ਚੱਕ ਚੌਥਾ। ਚੱਲ ਬਈ, ਚਾਰ ਹੋਰ ਡਾ ਤੇ 19-20 ਹੋ ਗਏ। ਹਾਂ ਉਹ ਵੀ ਦੋਏ ਕੱਢ। ਲੈ ਵੀ 23-24 ਕਬੂਤਰ ਡਾ ਦੇਣੇ ਨੇ ਅੱਜ, ਮੈਂ ਕਹਿੰਦਾ ਰਿਕਾਰਡ ਤੋੜ ਦਿਆਂਗੇ। ਆਹ ਫਿਰਦੇ ਨੇ ਸਾਰੀ, ਚੱਕੋ ਚੱਕੋ ਵੀ, 2 ਵਜੇ ਹੋਰ ਕੱਢ ਲਏ। ਛੱਡ ਦੇ, ਚੱਲ ਬਈ ਆ ਵੀ ਛੱਡ ਦੇ, ਚੱਲ ਬਈ। ਲੈ ਹੁਣ ਦੇਖੋ ਫਿਰ ਕਿਵੇਂ ਔਖੇ ਰਿਪੋਰਟਾਂ ਨੇ। ਲੈ ਲੈ ਮਾਰ ਲਓ ਨਿਗਾ, ਚਾਰ ਚਪੇਰੇ। ਦੇਖੋ ਤਾਂ, ਚਲੋ ਚਲੋ ਚਲੋ, ਲਓ ਮਿੱਤਰੋ ਦੇਖੋ ਤਾਂ ਫਿਰ ਘੁੰਮਦੇ ਹਾਂ ਸਾਰੇ। ਲੈ ਐਂ ਦਿਖਾ ਦਿੰਦਾ ਤੁਹਾਨੂੰ। ਓਕੇ ਰਿਪੋਰਟ, ਚਲੋ ਵੀ ਚਲੋ ਪੁੱਤਰੋ। ਟੈਡੀ ਦੇਖ ਲਾ ਕਿੱਥੇ ਖੜਾ, ਉਹ ਚੱਪ ਚੁੱਪ ਨੀ, ਨੀਲੇ ਉਹ ਨੀ। ਲਓ ਬਈ ਲੱਗੀਆਂ ਢਾਂਗੀਆਂ ਲਾਉਣ, ਕਬੂਤਰ ਦੇਖ ਲਓ ਉੱਡਦੇ ਨੇ ਸਾਰੇ ਹੀ। ਹਲੇ ਹਾਲੇ ਤੱਕ ਇੱਕ ਵੀ ਨਹੀਂ ਬੈਠੇ ਆ, ਬੈਠਣਾ ਪਰ ਕਿਸੇ ਨੇ ਢਾਂਗੀਆਂ ਲਾਈਆਂ ਹੋਈਆਂ ਤੀਆਂ। 6:30 ਹੋ ਗਏ, ਫਿਰ ਲੇਟ ਹੋ ਜਾਣਾ ਕੰਮ ਯਾਰ, ਤਾਰੀਏ ਪਰੇ। ਆ ਜਿਹੜੇ ਗੰਦ ਸਪੇਅਰ ਨੇ ਨਾ, ਦੇਖੀ ਇਹਨਾਂ ਨੇ ਆ ਦਾੜ ਦਾੜ ਗਿਰਨਾ। ਲੈ ਦੇਖੋ ਸਾਰੇ ਉੱਡਦੇ ਨੇ ਇਕੱਠੇ, ਇੱਕ ਆ ਗਿਆ, ਆ ਗਏ ਆ ਗਏ ਆ ਗਏ। ਲੈ ਢਾਂਗੀ ਪਰ ਨੂੰ ਸਾਰੇ ਇਕੱਠੇ ਹੋ ਗਏ। ਕਬੂਤਰਾਂ ਦਾ ਫਰਕ ਦੇਖ ਲਓ ਬਾਈ, ਢਾਂਗੀਆਂ ਖੜੀਆਂ, ਬਾਕੀ ਸਾਰੇ ਉੱਡਦੇ। ਜਿਹੜੇ 3 ਗੰਦ ਤੇ ਨਾ, 5-6 ਨੇ ਗੰਦ, 3 ਆ ਬੈਠ ਕੇ, 2 ਉਹ ਬੈਠੇ, ਇੱਕ ਆ ਬੈਠਾ, ਇੱਕ ਉੱਧਰਲੀ ਢਾਂਗੀ ਦੇ ਪੰਜੇ। ਇਹ ਦੋਏ ਜੋੜੇ ਦੇਣੇ ਨੇ ਇਹਨਾਂ ਦੇ ਮਾਂ ਬਾਪ ਦੇਣੇ ਨੇ। ਇੱਕ ਦੇ ਤਾਂ ਚੁਕਾਤੇ ਸੱਚ, ਇੱਕ ਦੇ ਰਹਿ ਗਏ, ਇੱਕ ਦੀ ਮਾਂ ਚੁਕਾਤੀ, ਬਾਪ ਰਹਿੰਦਾ ਬਸ, ਉਹ ਵੀ ਚੁਕਾ ਦੇਣਾ ਆਪਾਂ ਨੇ। ਬਾਕੀ ਦੇਖ ਲਓ ਇਹਨਾਂ 'ਚ 6 ਬੱਚੇ ਇਹੋ ਜਿਹੇ ਨੇ, ਸਾਰੇ ਦਿਨ ਦੇ ਢਾਂਗੀ ਦੇ, ਤਾਂ ਸੁਬਾਹ ਡਾਈ ਕੀਤੀ ਉਹਨਾਂ ਨੇ, ਫਿਰ ਢਾਂਗੀ ਦੇ ਬੈਠੇ, ਫਿਰ ਹੁਣ ਉੱਡਦੇ ਨੇ ਦੁਪਹਿਰ ਦੇ। ਜਿਹਨੇ ਉੱਡਣਾ ਹੁੰਦਾ ਆਹ ਸਾਲੇ ਗੰਦ ਗਾਂਦੇ ਰਹਿਣਾ ਇਹਨਾਂ ਨੇ। ਹਾਂ ਆ ਲੈ, ਆ ਵੀ ਅੰਦਰ ਗਿਆ, ਇੱਕ ਹੋਰ ਆ, ਆ ਗਿਆ। ਲੈ ਇਹ 5 ਗੰਦ ਨੇ, 6ਵਾਂ ਸਪੇਅਰ ਉੱਡਦਾ। ਸਪੇਅਰ ਚਲੋ ਫਿਰ ਵੀ ਉੜੀ ਜਾਂਦਾ ਜਿੰਨਾ ਕੁ ਉਹਦੇ ਉੜ ਹੁੰਦਾ,
ਬਾਕੀ ਉੜਦੇ ਨੇ ਸਾਰੇ ਆ ਲੈ ਆਹ ਉੜ ਗਿਆ ਹੁਣ ਸੈਂਟਰ ਹਾਊਸ ਵੇਅਰ ਵੀ ਆ ਗਿਆ ਲੈ ਬਸ ਇਹਨਾਂ ਨੂੰ ਦਾਣਿਆਂ ਤੱਕ ਮਤਲਬ ਆ ਉਹ ਦਾਣੇ ਖਾਂਦੇ ਨੇ ਆ ਜਾਓ ਸਾਰੇ ਹੋਏ ਆ ਲਓ ਵੀ ਮਿੱਤਰੋ 8 ਵਜੇ ਆ ਗਏ ਬਾਕੀ ਆਹ ਉੜ ਰਹੇ ਨੇ ਹਲੇ ਨੀਲੇ ਉਹ ਨਹੀਂ ਆ ਉਹ ਖੜ੍ਹੇ ਆ ਟੈਡੀ ਉਹ ਨਹੀਂ ਖੜ੍ਹੇ ਆ ਉਹ ਗੁਲਾਬੀ ਕੱਛ ਵਾਲਾ ਚਾਪ ਖੜ੍ਹਾ ਸਭ ਤੋਂ ਉੱਚਾ ਆਹ ਨਵਾਂ ਜਿਹੜਾ ਕਿਸੇ ਨੇ ਦਿੱਤਾ ਤਾ ਆਪਾਂ ਨੂੰ ਗਿਫਟ ਉਹ ਵੀ ਕੱਢਿਆ ਹੋਇਆ ਤਾ ਇਹ ਗਿਫਟ ਮੈਨੂੰ ਲੱਗਦਾ ਇਹ ਅਨਬੋਕਸ ਹੋਣ 'ਤੇ ਰਹਿ ਗਿਆ ਤਾਂ ਹੀ ਨਹੀਂ ਚੱਲ ਰਿਹਾ ਜਸੇ ਉਹ ਦੇਖ ਲੈ ਕਿਆ ਕਰਦਾ ਚੱਲ ਕੋਈ ਨਹੀਂ ਇਹ ਕੱਲ੍ਹ ਨੂੰ ਚੁਕਾਵਾਂਗੇ ਆਪਾਂ ਕਿਸੇ ਨੂੰ ਉਹ ਦੇਖੋ ਚੱਪ ਕਿੱਥੇ ਫਿਰਦਾ ਆਹ ਫਿਰਦੇ ਆ ਕੱਚ ਟੂਸੇ ਵਾਲਾ ਉਹ ਆਉਂਦਾ ਇੱਕ ਆ ਉਤਰਿਆ ਹੈ ਸਪੇਅਰ ਆ ਗਿਆ ਗਿਫਟ ਭਾਈ ਮਰਦਾ ਹੀ ਫਿਰਦਾ ਵਿਚਾਰਾ ਜ਼ੋਰ ਰੱਖ ਗਿਆ ਹਾਂ ਕੱਚ ਟੂਸੇ ਵਾਲਾ ਵੀ ਲਿਆ ਗਿਆ ਕਿੰਨੇ ਹੋ ਗਏ 8-9 ਆ ਗਏ 10ਵਾਂ ਆ ਬੈਠਾ ਲਓ ਬਾਈ 13-14 ਕਬੂਤਰ ਆ ਗਏ ਅਤੇ ਆਹ ਉੜਦੇ ਨੇ ਇਹ ਵੀ ਆ ਗਏ ਬਸ ਅਤੇ ਟੈਡੀ ਉਹ ਉੱਚਾ ਖੜ੍ਹਾ ਚਾਪ ਵੀ ਉੱਚਾ ਖੜ੍ਹਾ ਕਾਲੀਆਂ ਲਾਈਨਾਂ ਵਾਲਾ ਵੀ ਉੱਚਾ ਖੜ੍ਹਾ ਕਿੰਨੇ ਆ ਗਏ 3 ਬੈਠੇ ਗੋਡੇ ਕਰਾਏ ਹੈਂ ਗੋਲਿਆਂ ਦੇ ਵਿੱਚ ਗੋਲਿਆਂ ਦੇ ਅੱਛਾ ਮਾਰੇ ਆਪਣੇ ਵਾਲੇ ਨੀਲਾ ਆ ਗਿਆ ਉਹ ਸਾਲਾ ਕਿੱਥੇ ਬੈਠਿਆ ਬੋਤਲ ਵਾਲਾ ਬੱਚਾ ਵੀ ਆ ਗਿਆ ਦੂਜੇ ਉੱਚੇ ਖੜ੍ਹੇ ਨੇ ਹਾਲੇ ਚਲੋ ਪੰਗਾ ਲੈ ਲਿਆ ਤਾਂ ਅੱਗੇ ਵਾਸਤੇ ਨਹੀਂ ਕਰਦੇ ਪੰਗਾ ਕੋਈ ਚੱਕਰ ਨਹੀਂ ਸਾਨੂੰ ਐਂ ਤਾਂ ਵੀ ਚੱਲ ਸਾਰਿਆਂ ਦੇ ਘੇਰੇ ਜੇ ਕਢਾ ਲਈਏ ਯਾਰ ਕੱਦੇ ਬੰਦ ਨੇ ਸਾਰੇ 4 ਰਹਿ ਗਏ ਬਾਈ 2 ਉਹ ਫਿਰਦੇ ਆ ਇੱਕ ਉਹ ਫਿਰਦਾ ਇੱਕ ਆਹ ਫਿਰਦਾ ਟੈਡੀ ਰਹਿੰਦਾ ਕਾਲੀ ਝਾਲਰ ਵਾਲਾ ਰਹਿੰਦਾ ਚਾਪ ਰਹਿੰਦਾ ਗੁਲਾਬੀ ਕੱਛ ਵਾਲਾ ਅਤੇ ਕਾਲੀਆਂ ਲਾਈਨਾਂ ਵਾਲਾ ਬੱਚਾ ਉਹ ਜਾਂਦਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਬਾਈ ਕਬੂਤਰ ਉੜ ਕੇ ਆਇਆ ਨਾ ਜਿਹੜਾ ਗੁਲਾਬੀ ਝਾਲਰ ਵਾਲਾ ਜੂਨਾਂ ਹੀ ਜੂਨਾਂ ਕੱਢੀਆਂ ਉਹਨੇ ਦੇਖੋ ਆਹ ਦੇਖੋ ਜੂਨਾ ਥੋੜੋ ਨੇ ਸਾਲਿਆ ਇਹ ਹੋਰ ਕੀ ਦੁਰ ਫਿੱਟੇ ਮੂੰਹ ਤੇਰੇ ਉਹ ਦੇਖੋ ਜੂਨਾ ਹੀ ਨਹੀਂ ਆ ਸਰੋਂ ਜੰਮੀ ਹੋਈ ਆ ਇਹ ਉਹ ਸਰੋਂ ਜੰਮੀ ਆ ਗੁਰੂ ਜੀ ਵਾਗੇ ਤੇ ਜੂਨਾ ਹੀ ਆ ਪਾਣੀ ਡੋਲ ਆਹ ਡੋਲ ਗੰਦਾ ਭੁੰਡੀ ਜੀ ਫਿਰਦੀ ਆ ਨਾ ਤੇ ਸਾਫ ਹੈ ਡੋਲਦੇ ਪਰੇ ਡੋਲਦੇ ਰਹਿਣ ਦੇ ਕਬੂਤਰ ਆ ਗਏ ਬਾਈ 1, 2, 3, 4, 5, 6, 7, 8, 9, 10, 11, 12, 13, 14, 15, 16, 17 17 ਕਬੂਤਰ ਆ ਗਏ 4 ਰਹਿ ਗਏ 21 ਕਬੂਤਰ ਡਾਏ ਤੇ 4 ਰਹਿ ਗਏ ਆ ਚਾਰੇ ਖੜੇ ਨੇ ਉਹ ਦੇਖੋ ਚਲੋ ਆ ਜਾਣਗੇ ਕੋਈ ਚੱਕਰ ਨਹੀਂ ਪੰਗਾ ਕਰਿਆ ਗਾਹਾਂ ਵਾਸਤੇ ਪਾਣੀ ਤਾਂ ਪਾ ਦਿਓ ਗੁਰੂ ਜੀ ਉਹ ਦੇਖ ਉਹ ਪਰਲਾ ਡੱਬਾ ਚੱਕ ਲਿਆ ਲਓ ਬਾਈ ਟੈਡੀ ਵੀ ਆ ਗਿਆ ਆ ਜਾ ਉਹ ਕੜੀਆ ਦਾ ਰਲਾ ਫੇਰ ਉੱਡ ਗਿਆ ਉਹ ਤਾਂ ਉੱਚਾ ਹੀ ਖੜਾ ਬਾਈ ਗੁਲਾਬੀ ਕੱਛ ਵਾਲਾ ਚਾਪ ਅਤੇ ਉਹ ਆਉਂਦਾ ਉੱਪਰ ਕਾਲੀਆਂ ਲਾਈਨਾਂ ਵਾਲਾ ਟੈਡੀ ਆ ਗਿਆ ਆ ਜਾ ਪੁੱਤਰਾ ਬਹਿ ਜਾ ਕੜੀਆ ਦਾ ਰਲਾ ਆ ਗਿਆ ਟਾਈਮ 7:20 ਹੋ ਗਏ ਆ ਜਾ ਜਸੇ ਭੜਕਾ ਲਾ ਮੈਂ ਕਹਿੰਦਾ ਇਹਨੂੰ ਜ਼ੋਰ ਲੱਗਿਆ ਹੈ ਕਬੂਤਰ ਦਾ ਚੱਪ ਵੀ ਬਈ ਆ ਗਿਆ ਨੀਵਾਂ ਗੁਲਾਬੀ ਕੱਛ ਵਾਲਾ ਰਹਿ ਗਿਆ ਲਾਈਨਾਂ ਵਾਲਾ ਟੈਡੀ ਫੇਰ ਚੜ੍ਹ ਗਿਆ ਉੱਪਰ ਕੋਈ ਨਹੀਂ ਚੱਲ ਆ ਜੂਗਾ ਉਹ ਕੁੰਡਾ ਲਾ ਕੇ ਆਉਣਾ ਤਾਂ ਬੁਕੇ ਨੀਲੇ ਵਾਲਾ ਖੋਲ੍ਹ ਕੇ ਆਉਣਾ ਤਾਂ ਹੁਣ ਆ ਜਾ ਆਓ ਆ ਜਾਓ ਹੁਣ ਆ ਜਾਓ ਬਹੁਤ ਟਾਈਮ ਹੋ ਗਿਆ ਹਾਂ ਨੀਲੇ ਨੂੰ ਬਾੜ ਦੇ ਅੰਦਰ ਫੇਰ ਕੁੰਡਾ ਬੰਦ ਕਰ ਦੀ ਇਹਨਾਂ ਨੂੰ ਤਾਂ ਯਾਰ ਸਾਫ਼ ਕਰਨੇ ਤੇ ਇਹ ਆ ਵਿੱਚੇ ਕੱਟ ਛੱਡੇ ਹੋਏ ਨੇ ਯਾਰ ਕੀ ਕਰਿਆ ਹੋਇਆ ਵੀਰੇ ਨੇ ਇਹ
ਪਾਣੀ ਪੀ ਲੈਣ ਦੇ ਇਹਨਾਂ ਨੂੰ, ਫੇਰ ਕਰ ਦਾਂਗੇ ਬੰਦ ਹੁਣ। ਦਾਣੇ ਨਾ ਚੁੱਕਣ ਦਈ, ਚੱਲ ਚੁੱਕ ਲੈਣ ਦੇ ਮਾੜੇ ਮਾੜੇ ਯਾਰ। ਆ ਗਿਆ ਵੀ, ਚੱਪ ਵੀ ਆ ਗਿਆ। ਬਹਿ ਜਾ ਬਹਿ ਜਾ, ਉਹ ਬਹਿ ਜਾ, ਲੈ ਕੀ ਕਰਦਾ, ਆ ਜਾ ਆ ਜਾ ਆ ਜਾ। ਡੈਡੀ ਵੀ ਆ ਗਿਆ ਬਾਈ, ਇਹ ਗਿਆ ਅੰਦਰ ਸਿੱਧਾ। ਪਾਣੀ ਦੇਖੀ ਹੁਣ, ਹਲਦਾ ਹਲਦਾ ਚਿਪਕਿਆ ਹੋਇਆ ਉਹਨੂੰ। ਇਹ ਚੱਲ, ਇਹ 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 ਚੱਪ ਚੱਪ ਵੀ ਗਿਆ। ਜਾ ਛੇਤੀ ਢੱਕ ਦੇ ਢੱਕ ਦੇ ਪਾਣੀ, ਬਾ ਪਾਣੀ ਢੱਕ ਦੇ, ਕੋਈ ਨਹੀਂ। ਇੱਕ ਰਹਿ ਗਿਆ ਬਾਈ ਕਾਲੀਆਂ ਲੈਣ ਵਾਲਾ, ਉਹ ਨਹੀਂ ਤੰਗ ਕਰਨਾ। ਇਹ ਬੱਚੇ ਨੂੰ ਵੀ ਬਾਈ ਦੇ ਦਈਏ ਦਵਾਈ, ਕਿਉਂਕਿ ਥੋੜ੍ਹੀ ਜਿਹੀ ਹੱਡੀ ਲੱਗੀ ਹੋਈ ਹੈ, ਇਹਨੂੰ ਸੋਕਾ ਲੱਗਿਆ ਆ ਗੋਲੀ ਹੈਗੀ। ਤੇਰਾ ਯਾਰ ਫੋੜੇ ਦਾ ਇਲਾਜ ਦੱਸੋ ਕੋਈ, ਸਾਡਾ ਫੋੜਾ ਨਹੀਂ ਹਟ ਰਿਹਾ ਯਾਰ। ਦਵਾਈਆਂ ਵੀ ਦੇ ਲਈਆਂ, ਲਸਣ ਵੀ ਲਾ ਲਿਆ, ਫੋੜਾ ਵੀ ਮੂੰਹ ਨਹੀਂ ਹੈਗਾ ਫੋੜੇ ਦਾ ਕੋਈ ਵੀ, ਹੈ ਨਾ, ਕੋਈ ਮੂੰਹ ਨਹੀਂ। ਚੁੰਝ ਵੀ ਵਿੰਗੀ ਹੋਣ ਲੱਗ ਗਈ ਯਾਰ, ਚੁੰਝ ਵੀ ਵਿੰਗੀ ਹੋਣ ਲੱਗ ਗਈ ਯਾਰ ਇਹਦੀ। ਕੋਈ ਦੱਸਿਓ ਮੇਰਾ ਵੀ ਇਲਾਜ। ਬਾਈ ਕਾਲੀਆਂ ਲੈਣ ਵਾਲਾ ਨਹੀਂ ਹਲੇ ਮਨ ਦਾ ਆਉਣ ਨੂੰ, ਟਾਈਮ ਬਹੁਤ ਹੋ ਗਿਆ, 7:39 ਹੋ ਗਏ। ਆ ਵਿਚਾਰਾ ਬੰਨਿਆ ਹਨੇਰਾ ਹੋਣ ਨੂੰ ਤਿਆਰ ਹੈ। ਉਹ ਵੀ ਮਿੱਤਰੋ ਰਾਤ ਨੂੰ ਇਹ ਫੜਿਆ ਲੈਣ ਵਾਲਾ ਤਾਂ ਲੈ, ਅਤੇ ਇਹਨੂੰ ਵੀ ਵਿਚਾਰੇ ਨੂੰ ਖੋਲ ਦੀਏ। ਚਲੋ ਵੀ ਮਿਲਾਂਗੇ ਹੁਣ ਅਗਲੇ ਵਲੋਗ 'ਚ ਯਾਰ, ਬੱਸ ਹੋ ਗਈ ਅੱਜ ਤਾਂ, ਸਾਡਾ ਇੱਕੋ ਟਾਈਮ ਵਲੋਗ ਪੂਰਾ ਕਰਿਆ। ਮਿਲਾਂਗੇ ਅਗਲੇ ਵਲੋਗ 'ਚ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਦੇ ਹਾਂ ਅਗਲੇ ਵਲੋਗ 'ਚ।